एवन पंजाबी की नई अपडेट जानने के लिए बेल आइकन पर क्लिक करें और एवन पंजाबी को सब्सक्राइब करें कुछ दिन पहले रामबाग में स्थित चर्च के एक सदस्य कविता सिंह आत्महत्या मामले में पुलिस आरोपी व्यक्ति को अभी तक गिरफ्तार नहीं कर पाई इस पर मृतिका के बेटे मोहित ने पुलिस कमिश्नर ऐसी गुहार लगाई है

ਤੇ ਉਹਨਾਂ ਦੇ ਕਰਕੇ ਮਨ ਉਹਨਾਂ ਨੇ ਦਿਮਾਗ ਤੇ ਨਾ ਜ਼ਿਆਦਾ ਪ੍ਰੈਸ਼ਰ ਪਾਇਆ ਜਿਸ ਦੇ ਕਰਕੇ ਮੇਰੀ ਮੰਮੀ ਨੇ ਸੁਸਾਇਸਾਈਡ ਕੀਤਾ ਤੇ ਮੈਂ ਇਹੋ ਚਾਹੁੰਦਾ ਵਾਂ ਕਿ ਉਹਨਾਂ ਨੂੰ ਮਤਲਬ ਜੋ ਸਾਡੀ ਡਾਇਸਿਸ ਆ ਉਹਨਾਂ ਤੋਂ ਪੁੱਛੇ ਕਿ ਉਹ ਕਿੱਥੇ ਅਜੇ ਤੱਕ ਉਹ ਫਰਾਰ ਹੈ ਲਾਬਦੇ ਨਹੀਂ ਵੇ ਡਾਇਸਿਸ ਉਹਨਾਂ ਨੂੰ ਉਸ ਪੋਸਟ ਤੋਂ ਬਰਖਾਸਤ ਕਰਨ ਕਿ ਇਹੋ ਜਿਹੇ ਬੰਦੇ ਨੂੰ ਡਾਇਸਿਸ ਤੇ ਕਿਉਂ ਰੱਖਿਆ ਆ ਤੇ ਜਿਹੜੇ ਵੀ ਲੋਕਾਂ ਨੂੰ ਕਹਿ ਕਹਿ ਕੇ ਮਤਲਬ ਕਹਿ ਰਿਹਾ ਲੋਕਾਂ ਨੂੰ ਕਹਿ ਰਿਹਾ ਕਿ ਉਹਨੂੰ ਆਪਣੀ ਸਟੇਟਮੈਂਟ ਵਾਪਸ ਲੈ ਤੇ ਮੈਨੂੰ ਚਾਹਨਾ ਹੈ ਕਿ ਸਾਨੂੰ ਇਨਸਾਫ ਮਿਲੇ ਕਿਉਂਕਿ ਪੁਲਿਸ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਤੇ ਮੈਂ ਇਹ ਹੀ ਚਾਹੁੰਦਾ ਕਿ ਵੱਧ ਤੋਂ ਵੱਧ ਛੇਤੀ ਛੇਤੀ ਕੋਈ ਕਾਰਵਾਈ ਹੋਏ ਤੇ ਪادری ਵਿਜੇ ਤੇ ਉਹਨਾਂ ਦੀ ਫੈਮਲੀ ਨੂੰ ਵੱਧ ਛੇਤੀ ਛੇਤੀ ਗ੍ਰਿਫਤਾਰ ਕੀਤਾ ਜਾਏ ਤੇ ਸਾਨੂੰ ਇਨਸਾਫ ਮਿਲੇ ਹਾਂ ਜੀ ਉਹ ਲੋਕਾਂ ਤੋਂ ਮੈਨੂੰ ਫੋਨ ਕਰਵਾ ਕੇ ਕਹਿ ਰਹੇ ਆ ਕਿ ਉਹਨਾਂ ਨੂੰ ਕਹੋ ਕਿ ਉਸ ਅਲਵੀਨਾ ਦਾ ਨਾਮ ਰਿਪੋਰਟ 'ਚ ਨਾ ਲਿਖਾਣ ਮੇਰਾ ਨਾਮ ਪ੍ਰਕਾਸ਼ ਸਿੰਘ ਮਾਲ ਜੀ ਜਨਨ ਸਖਤਰ ਮਾਝਾ ਜੋਂ ਲੋਕਨ ਸਾਹਿਬ ਪਾਰਟੀ ਤੋਂ ਹਾਂ ਜੀ ਕੀ ਜਮਸਾ ਕੀ ਅੱਜ ਮਸਲਾ ਇਹ ਆ ਜੀ ਪਿਛਲੇ ਦਿਨ ਆ 20 ਤਰੀਕ ਨੂੰ ਆ ਭੈਣ ਕਵਤਾ ਜੀ ਆ ਜੇ ਜੋ ਚਰਚ ਚ ਆਪਣੇ ਬਤੌਰ ਸੇਵਾ ਨਿਭਾਰੇ ਸੀ ਉਹਨਾਂ ਨੇ ਆਪਣੀ ਸੂਸਾਈਡ ਕੀਤੀ ਆ ਜੀ ਆਪਣੇ ਘਰ ਵਿੱਚ ਆਪਣੇ ਗਲਚ ਫੰਦਾ ਪਾ ਕੇ ਸੂਸਾਈਡ ਕਰ ਲਈ ਆ ਤੇ ਇੱਕ ਬਕਾਇਦਾ ਕਿ ਸੂਸਾਈਡ ਨੋਟ ਲਿਖਿਆ ਜਿਹਦੇ ਵਿੱਚ ਪਾਦਰੀ ਪਾਦਰੀ ਦੀ ਜਿਹੜੀ ਵਾਈਫ ਆ ਤੇ ਉਹਨਾਂ ਨੂੰ ਆਪਣੀ ਮੌਤ ਦਾ ਜ਼ਿੰਮੇਵਾਰ ਠਾਇਆ ਉਹਨਾਂ ਨੂੰ ਮਜਬੂਰ ਕਰਤਾ ਕਹਿ ਕਹਿ ਕੇ ਵੀ ਜਿਹੜਾ ਉਹ ਮੌਤ ਕਾਪਣਾ ਜਿਹੜਾ ਉਹਨਾਂ ਨੇ ਸੋਸਾਇਡ ਕੀਤੀ ਆ ਅਸੀਂ ਆਪਣੀ ਪਾਰਟੀ ਵੱਲੋਂ ਮੰਗ ਕਰਦੇ ਆ ਇਸ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ ਵਾ ਕਮਿੰਦਰ ਸਾਹਿਬ ਨੂੰ ਜੋ ਅਮਰਸਰ ਦੇ ਸੀਪੀ ਸਾਹਿਬ ਹੈ ਉਹਨਾਂ ਨੂੰ ਰਿਕਵੈਸਟ ਕਰਦੇ ਆ ਉਹ ਦੋਸ਼ੀਆਂ ਨੂੰ ਜਲਦੀ ਜਿੱਦਲਦੀ ਗ੍ਰਿਫਤਾਰ ਕਰਕੇ ਜਿਹੜਾ ਸਲਾਖਾਂ ਦੇ ਪਿੱਛੇ ਭਜਾ ਜਾਵੇ ਪਰਿਵਾਰ ਨੂੰ ਜਿਹੜਾ ਵਾ ਨਿਆ ਤੇ ਇਨਸਾਫ ਦਿਵਾਇਆ ਜਾਵੇ ਤੇ ਜਿਹੜੇ ਇਹਨਾਂ ਨੂੰ ਪਰਿਵਾਰ ਨੂੰ ਧਮਕੀਆਂ ਮਿਲਦੀਆਂ ਵਾ ਵੀ ਉਹਨਾਂ ਨਾਮ ਵਾਪਸ ਲਿਆਵੇ ਇਹ ਪਰਿਵਾਰ ਦੀ ਜਿਹੜੀ ਆ ਸੱਖਿਆ ਜਿਹੜੀ ਆ ਉਹ ਜਿਹੜੀ ਕੀਤੀ ਜਾਵੇ ਇਹ ਪੁਲਿਸ ਦਾ ਜਿਹੜਾ ਸਾਡੀ ਅਮਰਸਰ ਦੀ ਪੁਲਸ ਆ ਇਹਨਾਂ ਦਾ ਫਰਜ ਬੰਦਾ ਵਾ ਜੇ ਅਗਰ ਪੁਲਸ ਕੋਈ ਇਹਨਾਂ ਦੇ ਕਾਰਵਾਈ ਨਹੀਂ ਕਰਦੀ ਇਹਨਾਂ ਨੂੰ ਪਰਿਵਾਰ ਦੀ ਕੋਈ ਨਹੀਂ ਸੁਣਾਈ ਹੁੰਦੀ ਤੇ ਲੋਕ ਇਨਸਾਫ ਪਾਰਟੀ ਜਿਹੜੀ ਆ ਇਸ ਪਰਿਵਾਰ ਦੇ ਨਾਲ ਚਟਾਨ ਵਗੋਂ ਖੜੀ ਆ ਲੋਕ ਇਨਸਾਫ ਪਾਰਟੀ ਇਹ ਪਰਿਵਾਰ ਦੇ ਲਈ ਹਰ ਸਮੇਂ ਜਿਹੜੀ ਆ ਤਿਆਰ ਬਰ ਤਿਆਰ ਰਹੂਗੀ